ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਕਾਂਗਰਸ ਦੇ ਸੂਬੇ 'ਚ ਬਣੇ ਰਾਜੀਵ ਗਾਂਧੀ ਭਵਨ ਦਫ਼ਤਰ ਵਿੱਚ ਘੋਸ਼ਣਾ ਕਮੇਟੀ ਦੇ ਚੇਅਰਮੈਨ ਕੌਲ ਸਿੰਘ ਠਾਕੁਰ ਨੇ ਇਸ ਨੂੰ ਜਾਰੀ ਕੀਤਾ। ਅਯੋਧਿਆ ਵਿਵਾਦ ਨੂੰ ਅਦਾਲਤ ਦੇ ਬਾਹਰ ਹੱਲ ਕਰਨ ਦੀ ਲੜੀ ਵਿੱਚ ਮੰਗਲਵਾਰ ਨੂੰ ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਸ਼ੀਆ ਵਫਦ ਬੋਰਡ ਦੇ ਪ੍ਰਧਾਨ ਵਸੀਮ ਰਿਜ਼ਵੀ ਨਾਲ ਮੁਲਾਕਾਤ ਕੀਤੀ। ਤਕਰੀਬਨ 3 ਦਹਾਕਿਆਂ ਤੋਂ ਗੁਜਰਾਤ ਵਿਧਾਨ ਸਭਾ 'ਚ ਮੁਸਲਿਮ ਉਮੀਦਵਾਰ ਦਾ ਲਗਭਗ ਸੋਕਾ ਪਿਆ ਹੋਇਆ। ਭਾਜਪਾ ਨੇ ਤਾਂ 1980 ਤੋਂ ਲੈ ਕੇ ਹੁਣ ਤੱਕ ਕੇਵਲ ਇੱਕ ਵਾਰ 1998 'ਚ ਇੱਕ ਮੁਸਲਮਾਨ ਉਮੀਦਵਾਰ ਨੂੰ ਟਿਕਟ ਦਿੱਤੀ ਸੀ। ਅਜਿਹੇ ਵਿੱਚ ਇਸ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਭਾਜਪਾ ਦੇ ਘੱਟ ਗਿਣਤੀ ਮੋਰਚੇ ਦੇ ਕਈ ਦਿੱਗਜ ਨੇਤਾ ਪਾਰਟੀ ਦੇ ਚੋਣ ਮੈਦਾਨ 'ਚ ਉਤਰਨ ਨੂੰ ਲੈ ਕੇ ਦਬਾਅ ਬਣਾਉਣ 'ਚ ਜੁਟੇ ਹੋਏ ਹਨ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ 4 ਪਿੰਡਾਂ 'ਚ ਸੁਰੱਖਿਆ ਫੋਰਸਾਂ ਨੇ ਗਸ਼ਤ ਕਰਕੇ ਤਲਾਸ਼ੀ ਮੁਹਿੰਮ ਚਲਾਈ ਹੈ। ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਰੀਮੇਬਾਦ 'ਚ ਸੁਰੱਖਿਆ ਫੋਰਸਾਂ ਅਤੇ ਲੋਕਾਂ ਵਿਚਕਾਰ ਝੜਪ ਵੀ ਹੋਈ। ਨਿਊਯਾਰਕ ਸਿਟੀ ਦੇ ਲੋਅਰ ਮੈਨਹੈਟਨ ਵਿੱਚ ਟਰੱਕ ਨਾਲ ਲੋਕਾਂ ਨੂੰ ਕੁਚਲਣ ਦੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਅਮਰੀਕਾ ਆਉਣ ਵਾਲੇ ਯਾਤਰੀਆਂ ਦੀ ਹੋਰ ਜ਼ਿਆਦਾ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲੋਅਰ ਮੈਨਹੈਟਨ ਦੇ ਵਿੱਚ ਵਿਅਕਤੀ ਨੇ ਟਰੱਕ ਨਾਲ ਕੁਚਲ ਕੇ 8 ਲੋਕਾਂ ਦੀ ਜਾਨ ਲੈ ਲਈ ਅਤੇ 12 ਹੋਰ ਜ਼ਖਮੀ ਕਰ ਦਿੱਤੇ ਹਨ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵੱਡਾ ਫਦਾਇਨੀ ਹਮਲਾ ਹੋਇਆ। ਸਿਹਤ ਮੰਤਰਾਲੇ ਦੇ ਹਮਲੇ 'ਚ 13 ਲੋਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਹਮਲੇ 'ਚ 13 ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ। ਹਮਲਾ ਕਾਬੁਲ ਦੇ ਗ੍ਰੀਨ ਜ਼ੋਨ ਇਲਾਕੇ 'ਚ ਹੋਇਆ ਜਿੱਥੇ ਕਈ ਦੇਸ਼ ਦੇ ਦੂਤਘਰ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਏਸ਼ੀਆਈ ਯਾਤਰਾ ਤੋਂ ਪਹਿਲਾਂ ਵਾਈਟ ਹਾਊਸ ਨੇ ਬੁੱਧਵਾਰ ਨੂੰ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਭਾਰਤ ਵੱਡੀ ਭੂਮਿਕਾ ਨਿਭਾਉਂਦਾ। ਟਰੰਪ ਇਸ ਹਫ਼ਤੇ ਜਾਪਾਨ, ਦੱਖਣੀ ਕੋਰੀਆ, ਚੀਨ, ਵੀਅਤਨਾਮ ਅਤੇ ਫਿਲੀਪੀਨ ਦੀ 12 ਦਿਨਾਂ ਦੀ ਯਾਤਰਾ ਉੱਤੇ ਰਵਾਨਾ ਹੋਣਗੇ। ਕੈਨੇਡਾ 'ਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ ਜੋ ਵਿਦੇਸ਼ 'ਚ ਰਹਿ ਕੇ ਵੀ ਆਪਣਾ ਧਾਰਮਿਕ ਰਿਵਾਜ਼ਾਂ ਨੂੰ ਨਹੀਂ ਭੁੱਲਦੇ। 4 ਨਵੰਬਰ ਨੂੰ ਦਿਨ ਸ਼ਨੀਵਾਰ ਗੁਰਪੁਰਬ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਦੁਨੀਆ 'ਚ ਰਹਿੰਦੇ ਸਿੱਖ ਗੁਰਪੁਰਬ ਲਈ ਬਹੁਤ ਉਤਸ਼ਾਹਿਤ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਦੱਖਣੀ ਕੋਰੀਆ 'ਚ ਚੀਨ ਦੁਆਰਾ ਆਪਣੇ ਸੰਬੰਧਾਂ ਨੂੰ ਇੱਕੋ ਜਿਹਾ ਬਣਾਉਣ ਲਈ ਸਹਿਮਤੀ ਜਤਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਟਲੀ ਨੇ ਸਾਲ 2025 ਦੇ ਅੰਤ ਤੱਕ ਦੇਸ਼ ਦੇ ਸਾਰੇ ਕੋਲ ਪਾਵਰ ਪਲਾਂਟਾਂ ਨੂੰ ਬੰਦ ਕਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਟਲੀ ਨੇ ਕਿਹਾ ਹੈ ਕਿ ਉਸਦਾ ਉਦੇਸ਼ ਸਾਲ 2030 ਤੱਕ 27% ਬਿਜਲੀ ਉਤਪਾਦਤਾ ਲਈ ਨਵਿਆਉਣਯੋਗ ਊਰਜਾ ਦਾ ਵਿਸਤਾਰ ਕਰਨਾ ਹੈ। ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 516-998-3222 ਅਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815540000।